ਦਿਲਬਾਗ ਸਿੰਘੀਆ ਸ਼ੋਅ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਤੁਹਾਡੇ ਨਾਲ ਇੱਕ ਅਜਿਹਾ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਜਿਸ ਨੂੰ ਅਕਸਰ ਲੋਕਾਂ ਵੱਲੋਂ, ਸਰਕਾਰਾਂ ਵੱਲੋਂ, ਲੀਡਰਾਂ ਵੱਲੋਂ ਅਣਗੌਲਿਆਂ ਕਰ ਦਿੱਤਾ ਜਾਂਦਾ, ਬਟ ਉਹ ਵੀ ਸਾਡੇ ਸਮਾਜ ਦਾ ਅਹਿਮ ਅੰਗ ਨੇ। ਉਹਨਾਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੱਲੋਂ ਦਿਵਿਆਂਗ ਦਾ ਨਾਮ ਦਿੱਤਾ ਗਿਆ ਸੀ। ਉਹਨਾਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਾਂ ਵਿਅਕਤੀ ਨੇ ਉਹਨਾਂ ਨੂੰ ਤੁਸੀਂ ਅੰਗਹੀਣ ਨਹੀਂ ਕਹਿਣਾ ਗਾ, ਉਹਨਾਂ ਨੂੰ ਤੁਸੀਂ ਦਿਵਿਆਂਗ ਦਾ ਨਾਮ ਦੇਣਾ ਹੈਗਾ। ਹੁਣ ਹੁੰਦਾ ਕੀ ਹੈ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਸੋਧ ਹੁੰਦੀ ਹੈ, ਤਾਂ ਉਹ ਸੋਧ ਦੇ ਤਹਿਤ ਇਹ ਸਰਕਾਰ ਵੱਲੋਂ ਲਾਜ਼ਮੀ ਬਣਾਇਆ ਗਿਆ ਕਿ ਹਰੇਕ ਸਕੂਲ ਦੇ ਵਿੱਚ ਇੱਕ ਵਿਸ਼ੇਸ਼ ਸਿੱਖਿਆ ਅਧਿਆਪਕ ਲਾਜ਼ਮੀ ਹੋਣਾ ਚਾਹੀਦਾ ਜਿਹੜਾ ਕਿ ਦਿਵਿਆਂਗ ਬੱਚਿਆਂ ਨੂੰ ਜਿਨ੍ਹਾਂ ਦੀ ਕੋਈ ਰੋਸ਼ਨੀ ਘੱਟ ਹੈ ਜਾਂ ਕੋਈ ਮੈਂਟਲੀ ਰਿਟਾਰਡਡ ਨੇ ਜਾਂ ਉਹਨਾਂ ਨੂੰ ਕੋਈ ਹੋਰ ਸਰੀਰਕ ਸਮੱਸਿਆਵਾਂ ਨੇ, ਤਾਂ ਕਿ ਉਹਨਾਂ ਨੂੰ ਸਹੀ ਪੱਧਰ 'ਤੇ ਸਿੱਖਿਆ ਜਿਹੜੀ ਹੈਗੀ ਹੈ ਮਿਲ ਸਕੇ। ਮੈਂ ਆਸਟ੍ਰੇਲੀਆ ਰਿਹਾ 5 ਸਾਲ, ਤਾਂ ਉੱਥੇ ਮੈਨੂੰ 1.5 ਸਾਲ ਐਜ਼ ਅ ਟੈਕਸੀ ਡਰਾਈਵਰ ਕੰਮ ਕਰਨ ਦਾ ਮੌਕਾ ਮਿਲਿਆ, ਤਾਂ ਮੈਨੂੰ ਅਕਸਰ ਇਸ ਤਰ੍ਹਾਂ ਦੇ ਬੱਚਿਆਂ ਨੂੰ ਸਕੂਲ ਛੱਡਣ ਦਾ ਮੌਕਾ ਮਿਲਦਾ ਸੀ। ਅਤੇ ਮੈਂ ਉੱਥੇ ਇਹ ਨੋਟ ਕੀਤਾ ਕਿ ਉਹਨਾਂ ਦੇ ਲਈ ਜਿਹੜੇ ਵਿਸ਼ੇਸ਼ ਜਿਹੜੇ ਅਧਿਆਪਕ ਨੇ ਜਿਹੜੇ ਉਹਨਾਂ ਨੂੰ ਪੜ੍ਹਾਉਂਦੇ ਨੇ, ਤਾਂ ਕਰਕੇ ਉਹ ਜੇ ਉਹਨਾਂ ਦੇ ਵਿੱਚ ਕੋਈ ਟੈਲੈਂਟ ਹੈਗਾ ਤਾਂ ਉਹ ਉੱਭਰ ਕੇ ਸਾਹਮਣੇ ਆ ਸਕੇ। ਹੁਣ ਸਾਨੂੰ ਜਾਣਕਾਰੀ ਮਿਲੀ ਹੈਗੀ ਹੈ ਕਿ 2022-23 ਦੇ ਅੰਕੜੇ ਅਨੁਸਾਰ 64,429 ਦਿਵਿਆਂਗ ਬੱਚੇ ਆ ਜਿਹੜੇ ਉਹ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹ ਰਹੇ ਆ। ਸਰਕਾਰ ਨੇ ਲਾਜ਼ਮੀ ਬਣਾਇਆ ਕਿ ਪ੍ਰਾਇਮਰੀ ਪੱਧਰ 'ਤੇ 10 ਬੱਚਿਆਂ ਮਗਰ 1 ਅਧਿਆਪਕ ਅਤੇ ਸੈਕੰਡਰੀ ਪੱਧਰ 'ਤੇ 15 ਬੱਚਿਆਂ ਮਗਰ 1 ਅਧਿਆਪਕ ਹੋਣਾ ਜਿਹੜਾ ਹੈਗਾ ਲਾਜ਼ਮੀ ਹੈ। ਹੁਣ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਉਸ ਜਾਣਕਾਰੀ ਦੇ ਮੁਤਾਬਕ ਮਲੋਟ ਜਿਹੜਾ ਬਲਾਕ ਹੈ ਉਹਦੇ ਵਿੱਚ 400 ਬੱਚੇ ਨੇ ਜਿਹੜੇ ਪੜ੍ਹਦੇ ਨੇ ਦਿਵਿਆਂਗ, ਅਤੇ ਉੱਥੇ ਜਿਹੜੇ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਣਤੀ ਆ ਉਹ ਜਿਹੜੀ ਸਿਰਫ 2 ਆ। ਗਿਣਤੀ ਹੈ ਜਿਹੜੀ ਇੰਨੀ ਘੱਟ ਹੈ ਕਿ 200 ਬੱਚਿਆਂ ਨੂੰ 1 ਅਧਿਆਪਕ ਮਿਲ ਰਿਹਾ ਹੈਗਾ। ਇਹ ਜਿਹੜਾ ਖੇਤਰ ਹੈਗਾ ਇਹ ਡਾਕਟਰ ਬਲਜੀਤ ਕੌਰ ਜੀ ਨੇ, ਮੈਂ ਮਲੋਟ ਹਲਕੇ ਦਾ ਜ਼ਿਕਰ ਪਹਿਲਾਂ ਮੈਂ ਟੋਟਲ ਜ਼ਿਕਰ ਕਰ ਦਿੱਤਾ ਕਿ 64,429 ਬੱਚੇ ਨੇ ਅਤੇ ਪੜ੍ਹਾਉਣ ਵਾਲੇ ਅਧਿਆਪਕਾਂ ਦੀ ਗਿਣਤੀ ਹੈਗੀ ਹੈ ਜਿਹੜੀ 386 ਹੈ। ਪਰ ਮੈਂ ਮਲੋਟ ਹਲਕੇ ਦਾ ਖਾਸ ਕਰਕੇ ਬਲਾਕ ਦਾ ਮੈਂ ਜ਼ਿਕਰ ਕਰ ਰਿਹਾ ਇੱਥੇ ਇਸ ਕਰਕੇ ਕੀਤਾ ਕਿ ਇੱਥੋਂ ਡਾਕਟਰ ਦਲਜੀਤ ਕੌਰ ਜੀ MLA ਨੇ, ਉਹਨਾਂ ਕੋਲ ਸਮਾਜਿਕ ਸੁਰੱਖਿਆ ਵਿਭਾਗ ਹੈਗਾ, ਅਤੇ ਇਸ ਕਰਕੇ ਮੈਂ ਉਸ ਹਲਕੇ ਦਾ ਜ਼ਿਕਰ ਕਰ ਦਿੱਤਾ ਕਿ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉੱਥੇ ਅਧਿਆਪਕਾਂ ਦੀ ਜਿਹੜੀ ਗਿਣਤੀ ਹੈ ਉਹ ਪੂਰੀ ਹੋਣੀ ਲਾਜ਼ਮੀ ਬਣਦੀ ਹੈ। ਫਿਰ ਜਿਹੜਾ ਸਾਡੇ ਕੋਲ ਇੱਕ ਹੋਰ ਡਾਟਾ ਆਇਆ ਹੈਗਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਦਿਵਿਆਂਗ ਬੱਚੇ ਨੇ ਉਹਨਾਂ ਦੀ ਗਿਣਤੀ 2180 ਹੈ, ਪਰ ਉੱਥੇ ਪੜ੍ਹਾਉਣ ਦੇ ਲਈ ਸਿਰਫ 15 ਵਿਸ਼ੇਸ਼ ਅਧਿਆਪਕ ਨੇ ਜਿਹੜੇ ਕੰਮ ਕਰ ਰਹੇ ਨੇ। ਇਸ ਤਰ੍ਹਾਂ ਹੀ ਅਨੰਦਪੁਰ ਬਲਾਕ ਦੀ ਸਾਡੇ ਕੋਲ ਜਿਹੜੀ ਜਾਣਕਾਰੀ ਸਾਡੇ ਕੋਲ ਸਾਹਮਣੇ ਨਿਕਲ ਕੇ ਆਉਂਦੀ ਹੈ, ਕਿਉਂਕਿ ਅਨੰਦਪੁਰ ਦਾ ਮੈਂ ਜ਼ਿਕਰ ਇਸ ਕਰਕੇ, ਸੰਗਰੂਰ ਦਾ ਜ਼ਿਕਰ ਇਸ ਕਰਕੇ ਕੀਤਾ ਕਿਉਂਕਿ ਮੀਤ ਹੇਅਰ ਜੀ ਹੁਣ ਉਹ ਸੰਸਦ ਬਣ ਗਏ ਆ। ਮੀਤ ਹੇਅਰ ਜੀ ਪਹਿਲਾਂ ਉਹਨਾਂ ਕੋਲ ਸਿੱਖਿਆ ਮਹਿਕਮਾ ਹੁੰਦਾ ਸੀਗਾ, ਅਤੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਬਲਾਕ ਆ ਉਹਦੇ ਵਿੱਚ ਦਿਵਿਆਂਗ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਹੈ ਉਹ 140 ਹੈ, ਪਰ ਉੱਥੇ ਪੜ੍ਹਾਉਣ ਵਾਲੇ ਜਿਹੜੇ ਅਧਿਆਪਕ ਨੇ ਬਲਾਕ ਅਨੰਦਪੁਰ ਦੇ ਵਿੱਚ ਉਹ ਸਿਰਫ 1 ਹੀ ਹੈ। ਸੋ ਸਰਕਾਰ ਨੇ ਪਹਿਲਾਂ ਤਾਂ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਉਹਨਾਂ ਨੇ ਤਾਂ ਐਫੀਡੇਵਿਟ ਨਹੀਂ ਦਾਖਲ ਕੀਤਾ, ਤੇ ਮੌਜੂਦਾ ਸਰਕਾਰ ਨੇ ਆਪਣਾ ਐਫੀਡੇਵਿਟ ਦਾਖਲ ਕਰਕੇ 2 ਸਾਲ ਦਾ ਸਮਾਂ ਹੋਰ ਮੰਗਿਆ। ਉਹਨਾਂ ਨੇ ਕਿਹਾ ਕਿ ਆਉਂਦੇ 2 ਸਾਲਾਂ ਦੇ ਵਿੱਚ ਵਿੱਚ ਅਸੀਂ ਅਧਿਆਪਕਾਂ ਦਾ ਜਿਹੜਾ ਅਨੁਪਾਤ ਹੈ ਜਿਹੜਾ ਇਹ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਸੋਧ ਹੋਈ ਹੈ ਉਹਦੇ ਵਿੱਚ ਸੁਧਾਰ ਕਰਕੇ ਅਧਿਆਪਕਾਂ ਦਾ ਅਨੁਪਾਤ ਆ ਜਿਹੜਾ ਉਹ ਬਰਾਬਰ ਕਰ ਦਿਆਂਗੇ।
ਸੋ ਇਹ ਇੱਕ ਅਣਗੌਲਿਆ ਵੱਖ ਹੈਗਾ ਜਿਹੜਾ ਸਾਡੇ ਸਮਾਜ ਦਾ, ਜਿਸ ਬਾਰੇ ਗੱਲਾਂ ਤਾਂ ਕਈ ਵਾਰੀ ਕਰ ਦਿੱਤੀਆਂ ਜਾਂਦੀਆਂ ਨੇ, ਵੀਡੀਓਜ਼ ਵੀ ਬਣਾ ਲਈਆਂ ਜਾਂਦੀਆਂ ਨੇ ਸਿੰਪਥੀ ਲੈਣ ਲਈ, ਉਹਨਾਂ ਬੱਚਿਆਂ ਦੇ ਨਾਲ ਤਸਵੀਰਾਂ ਵੀ ਖਿਚਾ ਲਈਆਂ ਜਾਂਦੀਆਂ ਨੇ, ਪਰ ਜਦੋਂ ਉਹਨਾਂ ਨੂੰ ਨਿਆਂ ਦੇਣ ਦੀ ਗੱਲ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਉਸ ਤੋਂ ਟਾਲਾ ਵੱਟਦੀਆਂ ਨੇ। ਇੱਥੇ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਮੌਜੂਦਾ ਸਿਸਟਮ ਦੇ ਵਿੱਚ ਜਿਹੜੇ ਬਦਲਾਅ ਨੇ ਉਹ ਤੇਜ਼ੀ ਨਾਲ ਤਾਂ ਨਹੀਂ ਕੀਤੇ ਜਾ ਸਕਦੇ, ਪਰ 2 ਸਾਲ ਦਾ ਸਮਾਂ ਮੰਗਿਆ ਪੰਜਾਬ ਸਰਕਾਰ ਨੇ, ਤੇ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਅਧਿਆਪਕ ਵਿਦਿਆਰਥੀ ਅਨੁਪਾਤ ਹੈ ਉਹ ਪ੍ਰਾਇਮਰੀ ਸਕੂਲਾਂ ਦੇ ਵਿੱਚ 10